अरे काम आई हूँ। आयो छोटे हाँ बड़े कितों केरी है अपने ईमान ना दास से कौन लै के आया हेलो हाय हाय हाउ आर यू पहले तक फाइन सी होने नहीं फाइन खलो गया रोलो स्पेशल लुक के लिए बैजा मेरा रोना भी नहीं है कर देना है हाँ जी एक्चुअली मैं बड़े जरूरी काम से आई हूँ जी बताएं मैं आप लोगों की लाइफ बनाने आई हूँ अच्छा वाह यानी कि ये चंगी है जी बड़ा मजा आएगा अगर आप एक बार मान गए तो आपको चाहिए दस मैनू तो चाहिए हाँ जी चाहिए अगे टोरन ले कसम से अगर आप एक बार लेंगे ना आप बार बार लेना चाहेंगे टाइम तो पहले ही गोडे वेले करेगी गोडे सिर ते तेरा होया और बाकी की बचे होना जी एक्चुअली देखिए मेरी बात सुने जी आप अपनी जिंदगी बनाना चाहते हैं हाँ जी ठीक है कौन नहीं चंदा है ना हंस क्यों रहे हो मैं जरा मेरा लाला ना असि जेन च लिया रहे हैं कि की होएगा बड़ा मजा आएगा हाँ आओगे सानू पता है एंजॉय करोगे बहुत ज्यादा याद करोगे मुझे जी अच्छा आप बैठ कर लेंगे ਤੱਕ ਡਿਪੈਂਡ ਕਰਦਾ ਅਹੀਂ ਤੇ ਲੈਣੀ ਹੈ ਤਰੀਕਾ ਤੁਸੀਂ ਦੱਸਣਾ ਹੈ ਆਈ ਡੋਨਟ ਮਾਈਂਡ ਬੈਠ ਕੇ ਲੋ ਉੱਠ ਕੇ ਲੋ ਜੈਸੇ ਮਰਜ਼ੀ ਲੋ ਉਸ ਤੇ ਤੁਰੇ ਤੁਰੇ ਜਾਂਦੇ ਵੀ ਅੱਛਾ ਕਾਫੀ ਖੁਸ਼ਮਤ ਦੇ ਵਾਸਤਾ ਲੱਗਦਾ ਹੈ ਆਓ ਕਮ ਸਿਟ ਓਕੇ ਥੈਂਕਸ ਅੱਛਾ ਜੀ ਹਾਂਜੀ ਦੇਖੇ ਰੇਟ ਕੁਝ ਨਹੀਂ ਹੈ ਅੱਛਾ ਜੀ ਸਮਝ ਲਓ ਕਿ ਮੁਫਤ ਮਿਲ ਰਹੀ ਹੈ ਤੁਹਾਨੂੰ ਮੈਂ ਕਿਹਾ ਸੀ ਨਾ ਸਸਤੀ ਹੋ ਜਾਣੀ ਇਹਨਾਂ ਨੇ ਘਰਾਂ 'ਚ ਆ ਕੇ ਦੇਣੀ ਫਿਰ ਵੀ ਮਤਲਬ ਸਸਤੀ ਹੋਵੇ ਇਹ ਸਾਬਣ ਨਾਲ ਤਾਂ ਸਸਤੀ ਨਹੀਂ ਨਾ ਹੋ ਸਕਦੀ ਜੀ ਨਹੀਂ ਵੇਖੇ ਮੇਰੀ ਬਾਤ ਸੁਣੇ ਪੈਸੇ ਵੀ ਕੁਛ ਨਹੀਂ ਲੱਗਨੇ ਅੱਛਾ ਜੀ ਮੁਫਤ ਮਿਲਣੀ ਹੈ ਚੀਜ਼ ਆਪਕੋ ਬੜੀ ਗੱਲ ਹੈ ਔਰ ਅਗਰ ਆਪ ਚਾਹੇ ਤਾਂ ਮਤਲਬ ਕੋਈ ਬਿਮਾਰੀ ਤੇ ਨਹੀਂ ਹੈਗੀ ਐਡੀ ਸਸਤੀ ਜਾਂ ਉਹ ਨਾ ਹੋਵੇ ਅਸੀਂ ਉੱਥੇ ਜਾਏ ਤੇ ਅੱਗੇ ਉਹ ਹੋਵੇ ਹੀ ਨਾ ਆਪ ਕੋਈ ਚਾਹੇ ਤਾਂ ਤਸਵੀਰੇ ਦੇਖ ਸਕਦੇ ਹੈ मेनू पता लगा कि मेरे दोवें वड्डे भरा बहुता मूंह क्यों मेरा चुन ਤਸਵੀਰਾਂ ਹੀ ਦੇਖਾਂਗੇ ਤੇ ਆਪਣਾ ਅੱਛਾ ਛੋਟੀ ਵੱਡੀ ਵੀ ਹੁੰਦੀ ਕਿ ਇੱਕੋ ਜੀ ਇਹ ਡਿਪੈਂਡ ਕਰਦਾ ਆਪ ਕਿ ਆਪ ਛੋਟੀ ਪਾਲਿਸੀ ਲੈਣਾ ਚਾਹਤੇ ਹੈ ਜਾਂ ਬੜੀ ਪਾਲਿਸੀ ਲੈਣਾ ਚਾਹਤੇ ਹੈ ਨਹੀਂ ਪਸੰਦ ਤੁਸੀਂ ਕੀ ਛੋਟੀ ਵੱਡੀ ਕੀ ਸ਼ਹਿਰ ਹੈ ਪੜੇ ਲਿਖੇ ਲੋਕ ਆ ਪਾਲਿਸੀ ਦਾ ਨਾਮ ਦਿੱਤਾ ਉਹ ਨੋਟ ਮਰਜ਼ੀ ਚਾਰ ਸਮਾਤਾ ਪੜ ਜਾਂਦੇ ਤੁਹਾਨੂੰ ਪਤਾ ਲੱਗਦਾ ਪਾਲਿਸੀ ਕੀ ਹੁੰਦੀ ਕੀ ਹੁੰਦੀ ਜੀ ਮਿੱਠੇ ਚੌਲਾਂ ਨੂੰ ਕਹਿੰਦੇ ਬਾਸ਼ੇ ਭੈਣ ਜੇ ਤੁਸੀਂ ਨਾ ਨਾ ਪੜੇ ਲਿਖੇ ਹੁੰਦੇ ਤੇ ਅਸੀਂ ਸ਼ਰੀਰ ਹੋ ਗਏ तीन बंदे कठे भी ले सकते हाँ कठे भी ले सकते भरावां च लड़ाई पवाएगी नहीं बस मैं कल्ला ही पर दहो तुसीं भैन इधर खलपंडे देखिए बात सुने आपके बच्चे भी याद रखेंगे कि क्या काम किया था खजल करेगी खजल बच्चे तक गल पहुंचाएगी पुत्र नस्ल भी गंदी करेगी
ਇੰਟਰਨੈਟ ਦਾ ਦੌਰ ਹੈ ਜੀ, ਜਾਣੀਆਂ ਘਰ ਘਰ ਸਾਡੀ ਨਸਲ ਗੱਦੀ ਕਰੇਗੀ ਅੱਗੇ ਤੇ ਵੇਖ ਨਸਲ ਸਾਡੀ ਕਿੱਥੇ ਚੜੀ ਪਈ ਹੈ ਜੀ। ਅਮਲ ਜੀ ਆਪਕੋ ਚਾਹੀਏ ਕਿ ਨਹੀਂ ਚਾਹੀਏ? ਚਾਹੀਦੀ ਚਾਹੀਦੀ ਹੈ, ਲੇਕਿਨ ਤਰਸਾਓ ਨਾ, ਬਸ ਸ਼ੁਰੂ ਹੋਈ ਹੈ। ਮੈਂ ਕਹਿੰਦਾ ਹੋਣਾ ਇਹ ਮਹੀਨੇ ਤੇ ਸਾਨੂੰ 5 ਦੇਣਾ ਪੈਣਾ। ਹਾਂ ਪੈਣਾ, ਵੇਚੀਏ ਇੱਕ ਇੱਕ ਗੁਰਦਾ। ਅੰਨੀ ਦੇ ਬੱਚੇ ਹੋ, ਅਸੀਂ ਅਮੀਰ ਘਰ ਦੇ ਰੋਲ ਕਰ ਰਹੇ ਹਾਂ ਇਸ ਵਾਰੀ। ਹਾਂ ਮੇਰੇ ਜੀ ਚਲੇ, ਯਾਨੀ ਅਸੀਂ ਕਰੋੜਪਤੀ ਹਾਂ, ਅਸੀਂ ਖਾਂਦੇ ਪੀਂਦੇ ਹੈਗੇ ਆ, ਬਾਹਰ ਗੱਡੀਆਂ ਨੇ ਸਾਡੀਆਂ, ਅਸੀਂ ਇਹ ਦੱਸਣਾ ਪਬਲਿਕ ਨੂੰ ਸ਼ੇਵਲ ਜੀ ਨਾਲ। ਪੈਸੇ ਤੇ ਪੁੱਤ ਸਾਡੇ ਸੋਫੇ ਤੇ, ਤੁਸੀਂ ਦਿੱਤੇ ਪੈਸੇ? ਉਹ ਨਹੀਂ ਆ, ਪੀਲੇ ਮਫਰਲ ਤੇ ਸਾਡੇ ਅਮੀਰਾਂ ਲਈ ਹੈ ਜੀ। ਗਲੇ ਨਹੀਂ ਕਿਉਂ ਪਹਿਨੇ ਵੇ? ਇਹ ਅਸੀਂ ਲੱਗ ਜਾਂਦੇ ਆ। ਮਾਰੇ ਦੇਖੇ, ਆਪ ਦੇਗੇ 25,000, ਮੈਂ ਆਪਕੋ ਦੂੰਗੀ 1.5 ਕਰੋੜ ਇਸ ਪਾਲਿਸੀ ਕਾ। ਸਾਡੇ ਜੋੜ ਕੇ ਸਾਨੂੰ ਵਾਪਸ ਦੇ, ਤੁਸੀਂ 25,000 ਲਓਗੇ ਸਾਨੂੰ 1 ਕਰੋੜ ਰੁਪਇਆ ਦਿਓ, ਤੇ 1.5 ਕਰੋੜ ਸਾਨੂੰ ਦਿਓਗੇ ਕਦੋਂ? ਪੁਲਿਸੀਆਂ ਦੇ ਵਿੱਚ ਸਾਡੀਆਂ ਮਹਿੰਗੀਆਂ ਆਈਆਂ, ਸਾਨੂੰ ਦਿਓਗੇ ਕਦੋਂ? ਆਪਕੇ ਮੰਨਣੇ ਕੇ ਬਾਅਦ। ਅੱਛਾ 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 ਅੱਛਾ, ਆ ਕਿੰਨਾ ਸੀ ਮੈਂ ਲੈਣੀ ਹੈ? ਦੋ ਚਾਵਾਂ ਮਨਾ ਕਰਕੇ ਆਓ, ਲੈ ਉਹ ਅਸੀਂ ਨਹੀਂ ਪੀਣੀ। ਜਾ ਮਜ਼ਦੂਰ ਕੋਲੇ ਜਾ ਕੇ ਜੋ ਮਨਾ ਕਰਨੀਆਂ ਨੇ, ਤੇ ਅਖਤਰ ਇੱਥੇ ਆਇਆ ਉਹ ਵੀ ਕਹਿ ਰਿਹਾ ਅੱਛਾ ਜੀ। ਅਖਤਰ ਨੂੰ ਪਤਾ ਉਸ ਦਿਨ ਕੀ ਹੋਇਆ? ਕੀ ਹੋਇਆ? ਬੱਸ ਤੇ ਜਾ ਰਿਹਾ, ਦਰਿਆ ਚਨਾਬ ਚ ਬੱਸ ਉਲਟ ਗਈ। ਅੱਛਾ, ਲੋਕੀ ਡੁੱਬ ਰਹੇ ਨੇ, ਮਰ ਰਹੇ ਨੇ, ਤੇ ਹਰ ਬੰਦੇ ਦਾ ਮੂੰਹ ਫੜ ਫੜ ਵੇਖ ਰਿਹਾ। ਉਹ ਮੈਂ ਕਿਹਾ ਅਖਤਰ ਕੀ ਹੋਇਆ? ਕਹਿੰਦਾ ਮੈਂ ਕਨੈਕਟਰ ਲੱਭ ਰਿਹਾ, ਬਕਾਇਆ ਲੈ ਰਿਹਾ। ਪਹਿਲੀ ਸੁੱਕੇ ਉਹਦਾ ਕੀ ਪੀਣਾ? ਬਾਅਦ ਖੇਡ ਖੁੱਲ ਲਓ ਜੀ। ਮੈਡਮ ਆਪ ਕਿਤਨੇ ਪੈਸੇ ਮਹੀਨਾ ਲੇਤੇ ਇਨਸੇ? ਮਤ ਪੁੱਛੇ, ਯੇ ਬੜੀ ਦੁੱਖ ਭਰੀ ਕਹਾਣੀ ਹੈ। ਮੇਰੀ ਗੱਲ ਸੁਣੋ, ਜਦੋਂ ਤੁਸੀਂ ਜੋ ਅਚਾਨਕ ਕਮਰੇ ਚ ਵੜੋ, ਅੱਗੇ ਮਾਂ ਪਿਓ ਬੈਠੇ ਹੁੰਦੇ, ਕੀ ਕਰਦੇ? ਅਸੀਂ ਬੈਠੇ ਰਹਿੰਦੇ। ਚਲੋ ਮਾਂ ਪਿਓ ਅੰਦਰ ਚਲੇ ਜਾਂਦੇ। ਨਹੀਂ ਮਾਂ ਪਿਓ, ਆਪ ਕਿਤਨੇ ਕਿਤਨੇ ਪੈਸੇ ਲੈਂਦੇ ਮਹੀਨੇ? ਮੁਝੇ ਜੀ ਬਸ 30,000 ਰੁਪਏ ਮਹੀਨਾ ਮਿਲਤਾ ਹੈ। ਪਰ ਮੈਂ 1.5 ਲੱਖ ਰੁਪਏ ਮਹੀਨਾ ਦੇਵਾਂਗਾ। ਹਾਂ, ਨੌਕਰੀ ਬੜੀ ਆਸਾਨ ਜੀ ਹੈ। ਕੀ ਕਰਨਾ ਹੈ? ਮਸੇ ਨੇ ਉਹਦੇ ਚ ਕੀ ਕਰਨਾ ਪੜੇਗਾ? ਤੁਸੀਂ ਬੀਵੀ ਦੀ ਨੌਕਰੀ ਕਰਨੀ ਮੇਰੀ ਦੀ ਬੀਵੀ, ਬਸ ਸਾਲ ਬਾਅਦ, 2 ਸਾਲ ਬਾਅਦ ਇੱਕ ਦੋ ਬੱਚੇ, ਬਸ 1.5 ਲੱਖ ਰੁਪਏ ਮਹੀਨਾ। ਵੱਡੀ ਗੱਡੀ ਤੁਹਾਡੇ ਨਾਲ, ਪਰਾਡੋ, ਹਾਂ ਬਾਹਰ ਖੋਤੀ ਖੜੀ ਹੈ, 3 ਵਾਰੀ ਥੱਲੇ ਆਏ ਦੋਵੇਂ ਇਹਦੇ। ਨਹੀਂ ਬੀਵੀ ਦਾ ਰੋਲ, ਬੀਵੀ ਦਾ ਰੋਲ ਕਰਦੇ, ਬੱਚੇ ਨਾਲ ਲੈ ਕੇ। ਬਕਵਾਸ ਬੰਦ ਕਰ, ਬੱਚੇ ਨਾਲ ਲੈ ਕੇ ਕਰਨ ਦੇ ਉਹੀ ਇੱਥੇ ਹੀ ਆ। ਵਾਹ, ਤੇ ਜਿਹੜੀ ਅੰਦਰ ਬੈਠੀ ਹੈ ਮਨੀ, ਤੇ ਇੱਥੇ ਹੀ ਆ। ਆਪਾਂ ਝੱਟ ਪੜ ਕੇ ਕਹਿ ਰਹੇ ਕਿੱਦਾਂ ਤੁਸੀਂ ਸੀਨ ਬਣਾਇਆ ਭਾਜਪਾ ਜਾਂ ਕਰੋ।
ਸਾਡਾ ਵੀ ਇੱਥੇ ਹੀ ਦਾ ਲੱਗ ਰਿਹਾ ਨਾ ਕਿਆ ਤੇਰਾ ਤੇ ਹਰ ਜਗ੍ਹਾ ਤੇ ਲੱਗ ਜਾਂਦਾ ਬਾਕੀ ਬਾਕੀ ਯਾਰ ਨੂੰ ਸੁੱਤਾ ਸੁੱਤੇ ਮੇਰਾ ਕੈਸਾ ਦਾ ਲੱਗ ਰਿਹਾ خاطر ماں پیو چھڈ رہے اور ماں پیو تو ہستی ہوندی ہے صبح ہس کے انہوں نے چہرے وال ویکھ لو تو جنت کے دروازے کھل جاندے ہیں یاد کرو وہ پورن ماشی کی رات اس رات جو میں نے تمہارے ہاتھ میں دیا تھا وہ میرے پچھلے نے مجھے دیا تھا کوئی گاہک نہ تیرا فلما بندے مرد نے نکلی مرد کے اصلی نکلی مرد نے تیری ماں کو ختم دوا دوا پاگل ہوئی ہے رشتہ دین تو انکار تیری ماں نے کیتا سی اس لیے میں بدلا لیا جی میرا پیار مینوں نہیں ملیا تو ڈیڈا پیار بھی تینوں نہ ملے بخت آدمی چھوٹی جی سرکت کی بہت تو شرمندہ کرا دیتے ہیں تاری منگیتر مدروا دیتی ہے اور جی میری ماں نے ویاہ تو منع کیا سی تو ایک بار میری تو پوچھ لینا آ کے سر تو میں ویکھی بھی نہیں کہہ رہی ہے میری بھن اج پیار نہ پیار جدا ہوا تو تکلیف ہوئی ہے نا تکلیف ہوئی ہے اتنے پتر متنجن جہا بن گیا کسی بلائی کا وہ بلا اپنی بیوی نے نکل رہی ہوتی ہے تکلیف تو جی ہوئی سو ہوئی بھن مینو یہ تو بہت گسا ہے کھوتی کے بچے نے سارے سارے ٹیسٹ چینج کر دے کوئی گل نہیں بچیا مفت چ کچھ لگا بلا 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 بھن پینا پینا تو بار ارشد لاٹو بلا رہے یہ لیے کیتا سی ریڈی ہاں میں ریڈی ہاں چلو آؤ چلیے کہاں جائیں گے ہاں جی کہاں جائیں گے شاپنگ کراوا تانو او چلو وڈے لے چلے
ਅੱਗੇ ਨਾ ਵੇਚ ਦੇਈ।